ਇੱਕ ਬੜਾ ਕਰੜਾ ਤੇ ਪਰੇਸ਼ਾਨੀ ਪੈਦਾ ਕਰਨ ਵਾਲਾ ਮਸਲਾ ਸਾਡੇ ਮਨ ਦਾ ਹੈ ਕਿ ਇਹ ਵਿਰੋਧ ਪਾਸ ਹੈ। ਜਗਿਆਸੂ ਲਈ ਉਸ ਦਾ ਹਥਿਆਰ ਉਸ ਦਾ ਮਨ ਹੀ ਹੈ ਤੇ ਉਸ ਦੀ ਔਕੜ ਵੀ ਇਹੋ ਉਸ ਦਾ ਮਨ ਹੈ। ਪਤਾ ਨਹੀਂ ਲੱਗਦਾ ਕਿ ਇਹ ਮਨ ਦਾਤਾ ਹੈ, ਮੰਗਤਾ ਹੈ, ਜੰਜਾਲੀ ਹੈ ਜਾਂ ਵੈਰਾਗੀ ਹੈ, ਅੰਧਲਾ ਹੈ ਜਾਂ ਜੋਤ ਸਰੂਪ ਹੈ, ਝੂਠਾ ਹੈ ਜਾਂ ਸੱਚਾ ਹੈ, ਮੁਗਧ ਹੈ ਜਾਂ ਸਿਆਣਾ ਹੈ, ਮੈਲਾ ਹੈ ਜਾਂ ਨਿਰਮਲ ਹੈ, ਹਠੀ ਹੈ ਜਾਂ ਮਨ ਜਾਂਦਾ ਹੈ, ਲੋਭੀ ਹੈ ਜਾਂ ਬੈਰਾਗੀ ਹੈ, ਕਦੀ ਇਹ ਆਕਾਸ਼ ਹੈ ਜਾਂ ਕਦੀ ਇਸ ਦੀ ਸਿਮਰਤੀ ਪਾਤਾਲ ਹੈ, ਪਤਾ ਨਹੀਂ ਇਹ ਗਿਰਹੀ ਹੈ, ਉਦਾਸੀ ਹੈ। ਇੰਜ ਜਾਪਦਾ ਹੈ ਮਨੁੱਖ ਦਾ ਵੱਡਾ ਸ਼ਤਰੂ ਵੀ ਇਹੋ ਹੈ ਤੇ ਪਰਮ ਮਿੱਤਰ ਵੀ ਇਹੋ ਹੈ, ਪਰ ਪਰਮ ਮਿੱਤਰ ਇਹ ਉਦੋਂ ਹੀ ਬਣਦਾ ਹੈ ਜਦੋਂ ਸਾਧਿਆ ਜਾਵੇ, ਨਹੀਂ ਤਾਂ ਇਹ ਫਰੇਬੀ ਮੁਸੀਬਤਾਂ ਹੀ ਖੜੀਆਂ ਕਰਦਾ ਰਹਿੰਦਾ ਹੈ। ਇਹ ਪਾਖੰਡੀ ਵੀ ਬੜਾ ਹੈ, ਚਲਾਕ ਵੀ ਤੇ ਬੇਈਮਾਨ ਵੀ। ਜਗਿਆਸੂ ਨੂੰ ਬੜੇ ਆਰਾਮ ਨਾਲ ਭਰੋਸਾ ਦਵਾਈ ਰੱਖਦਾ ਹੈ ਕਿ ਉਸ ਨੂੰ ਆਪਣੇ ਮਨ ਦੀ ਸਮਝ ਹੈ ਤੇ ਇਹ ਉਸ ਨੂੰ ਕੁਰਾਹੇ ਨਹੀਂ ਪਾ ਸਕਦਾ, ਜਦ ਕਿ ਇਹ ਜਾਣਨ ਹਾਰ ਸਾਰੇ ਔਗਣ ਅੱਗੇ ਵਾਂਗ ਹੀ ਕਰੀ ਤੁਰੀ ਜਾਂਦਾ ਹੈ। ਅਤੇ ਮਨੁੱਖ ਵਿਚਾਰਾ ਕਬੀਰ ਮਨ ਜਾਣੈ ਸਭ ਬਾਤ, ਜਾਣਤ ਹੀ ਔਗਣ ਕਰੈ ਕਾਹੇ ਕੀ ਕੁਸਲਾਤ, ਹਾਥ ਦੀਪ ਕੂਹੇ ਪਰੈ।